ਇੱਧਰ ਦੇਖੋ ਧਾਲੀਵਾਲ ਸਾਹਿਬ ਮੈਡਮ, ਇੱਧਰ ਦੇਖੋ, ਇੱਧਰ ਰਾਏਪੁਰ ਜੀ, ਇੱਧਰ ਨੂੰ ਆਓ ਤੁਹਾਡਾ ਬਾਹਰ ਨੂੰ ਐਮ ਪੀ ਸਾਹਿਬ ਸਾਹਮਣੇ ਤੁਸੀਂ ਵਿਨਰ ਹੋਏ ਹੋ ਹੁਣ ਆਫੀਸ਼ਲੀ, ਕੀ ਕਹਿਣਾ? ਸਾਨੂੰ ਬੜੀ ਖੁਸ਼ੀ ਹੈ ਜੀ। ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਧੰਨਵਾਦ ਕਿ ਸਾਨੂੰ ਇੰਨਾ, ਮੈਂ ਕਾਫੀ ਅਸੀਂ ਦੇਰ ਤੋਂ ਮਿਹਨਤ ਕਰ ਰਹੇ ਸੀ ਅਤੇ ਪਰਮਾਤਮਾ ਨੇ ਸਾਡੀ ਮਿਹਨਤ ਨੂੰ ਫਲ ਲਾਇਆ ਅਤੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਹਾਂ। ਔਰ ਇਹ ਵੀ ਲੱਗ ਰਿਹਾ ਹੈਗਾ ਕਿ ਇੰਨੀ ਮਿਹਨਤ ਜਿਹੜੀ ਅਸੀਂ ਕੀਤੀ ਆ ਔਰ ਇੰਨੀਆਂ ਅੱਛੀਆਂ ਸਾਨੂੰ ਸਭ ਨੇ ਵੋਟਾਂ ਪਾਈਆਂ ਔਰ ਬਹੁਮਤ ਨਾਲ ਜਿਤਾਇਆ ਹੈਗਾ ਆ। ਔਰ ਬੜੀ ਵੱਡੀ ਤਾਦਾਦ ਦੇ ਵਿੱਚ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਬਾਕੀ ਕੈਂਡੀਡੇਟਸ ਨੂੰ ਕਿੰਨੀਆਂ ਵੋਟਾਂ ਪਈਆਂ ਔਰ ਸਾਨੂੰ ਜਿਹੜੀਆਂ ਵੋਟਾਂ ਪਈਆਂ ਉਹ ਕਾਫੀ ਬਿਗ ਨੰਬਰ ਦਾ ਡਿਫਰੈਂਸ ਆ। ਇਹ ਤੋਂ ਇਹ ਪਤਾ ਲੱਗਦਾ ਹੈਗਾ ਕਿ NRIs ਇੱਕ ਨਵਾਂ ਫੇਸ ਚਾਹੁੰਦੇ ਸੀ ਔਰ ਉਹਨਾਂ ਨੇ ਆਪਣੇ ਇਹ ਵੋਟਾਂ ਜਿਹੜੀਆਂ ਪਾ ਕੇ ਸਾਨੂੰ ਇਹ ਬਿਲਕੁਲ ਪ੍ਰੂਵ ਕਰ ਦਿੱਤਾ ਹੈਗਾ ਕਿ ਉਹ ਜਿਹੜੇ ਨਵੇਂ ਕੈਂਡੀਡੇਟ ਦੇ ਆਉਣ ਦੇ ਨਾਲ ਉਹ ਨਵੀਂ ਇੱਕ ਹੋਪ ਵੀ ਉਹਨਾਂ ਦੇ ਨਾਲ ਆਈ ਹੈਗੀ ਆ। ਅਤੇ ਅਸੀਂ ਇਹਦੇ ਵਿੱਚ ਜਿਹੜਾ ਮੇਨ ਹੈਗਾ, ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਆ ਕਿ NRIs ਦੇ ਜਿੰਨੇ ਵੀ ਮਸਲੇ ਹੈਗੇ ਆ ਉਹਨਾਂ ਦੇ ਸਰਕਾਰ ਦੇ ਨਾਲ ਰਲ ਕੇ ਅਸੀਂ ਉਹਦਾ ਇੱਕ ਸਮਾਧਾਨ ਜਿਹੜਾ ਹੈਗਾ ਉਹ ਕਰਨ ਦਾ ਪੂਰਾ ਉਪਰਾਲਾ ਕਰਾਂਗੇ। ਬਹੁਤ ਖੁਸ਼ੀ ਦਾ ਦਿਨ ਹੈ ਕਿ ਇੱਕ ਨਿਰਪੱਖ ਚੋਣ ਦੇ ਰਾਹੀਂ ਜਿਹੜੀ ਸਾਡੀ ਸੰਸਥਾ ਸਾਡੇ MP ਸਾਹਿਬ ਨਾਲ NRI ਜਿਹੜੀ ਸਾਡੀ ਸੰਸਥਾ ਇਹ ਜਦੋਂ ਬਣਾਈ ਗਈ ਸੀਗੀ ਇਹਨੂੰ ਦੁਨੀਆ ਭਰ ਦੇ NRI ਦੀਆਂ ਜਿਹੜੀਆਂ ਇੱਥੇ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਨ ਵਾਸਤੇ NRI ਵੀਰਾਂ ਨੇ ਸੰਸਥਾ ਬਣਾਈ ਸੀਗੀ। ਪਿਛਲੇ ਕਈ ਸਾਲਾਂ ਤੋਂ ਕਈ ਕੰਮ ਹੋਏ, ਕਈ ਰਹਿ ਗਏ ਔਰ ਐਤਕਾਂ ਅਸੀਂ ਤਹੱਈਆ ਕੀਤਾ ਸੀਗਾ ਕਿ ਜਿਹੜੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪਿਛਲੇ ਸਾਲ NRIs ਮਿਲਣੀ ਕਰਕੇ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਤੋਂ NRI ਵੀਰ ਆਏ, ਸਾਨੂੰ ਮੁਸ਼ਕਲਾਂ ਦੱਸੀਆਂ, ਅਸੀਂ ਉਹ ਮੁਸ਼ਕਲਾਂ ਨੂੰ ਹੱਲ ਕੀਤਾ। ਪਰ ਅਸੀਂ ਮਹਿਸੂਸ ਕਰਦੇ ਸੀਗੇ ਕਿ ਸਾਡੀ ਜਿਹੜੀ NRI ਸਭਾ ਜੇ ਉਹ ਵੀ ਸਾਡੇ ਨਾਲ ਐਕਟਿਵ ਹੋਵੇ ਤੇ ਫਿਰ ਸਾਡੇ ਜਿਹੜੇ NRI ਵੀਰ ਬਾਹਰ ਆਉਂਦੇ ਆ ਜਾਂ ਬਾਹਰ ਬੈਠੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਮਸਲੇ ਆ, ਕੋਈ ਡਿਸਪਿਊਟ ਨੇ ਉਹਨਾਂ ਦੀਆਂ ਫੈਮਿਲੀਆਂ ਦੇ, ਉਹਨਾਂ ਨੂੰ ਅਸੀਂ ਚੰਗੇ ਢੰਗ ਨਾਲ ਹੋਰ ਹੱਲ ਕਰ ਸਕਦੇ ਹਾਂ।